ਬੀਸੀ ਸੈਕਸ਼ੂਅਲ ਓਰੀਐਂਟੇਸ਼ਨ ਐਂਡ ਜੈਂਡਰ ਆਈਡੈਂਟੀ ਯਾਨੀ ਕਿ ਸੋਜੀ 1-2-3 ਕਰਿਕੂਲਮ ਨੂੰ ਲਾਗੂ ਕਰਨ ਵਿਰੁੱਧ ਅੱਜ ਸਰੀ ਅਤੇ ਦੇਸ਼ ਭਰ ਵਿੱਚ ਪ੍ਰੋਟੈਸਟ ਕੀਤੇ ਜਾ ਰਹੇ ਹਨ। ਹੈਂਡਸ ਆਫ ਆਰ ਕਿਡਸ ਨਾਮਕ ਇੱਕ ਸਮੂਹ ਦੁਆਰਾ ਇਹ ਸੰਗਠਿਤ ਅੰਦੋਲਨ ਆਯੋਜਿਤ ਕੀਤਾ ਗਿਆ ਹੈ। ਇਹ ਸਮੂਹ ਸੋਜੀ 123 ਨੂੰ ਇੱਕ ਰਾਜਨੀਤਿਕ ਏਜੰਡੇ ਵਜੋਂ ਵੇਖਦਾ ਹੈ ਅਤੇ ਬੱਚਿਆਂ ਨੂੰ ਸੈਕਸ਼ੂਅਲ ਓਰੀਐਂਟੇਸ਼ਨ ਅਤੇ ਜੈਂਡਰ ਆਈਡੈਂਟੀ ਬਾਰੇ ਸਿੱਖਿਆ ਦੇਣ ਦੇ ਖਿਲਾਫ ਹੈ। These are our kids, they have no right over our kids, and there should be transparency, and we need to know what is happening in the schools. If they are not going to inform us, they need to remove Soji, or I mean it's okay whoever they are, 50-70 genders, but they can have this resource outside of the school in their own area or a room where all like-minded people are there. Why are you putting your agenda in our children's throats? ਸਮੂਹ ਨੇ ਇੱਕ ਪਟੀਸ਼ਨ ਵੀ ਜਾਰੀ ਕੀਤੀ ਹੈ ਜਿਸ ਵਿੱਚ ਫੈਡਰਲ ਮਿਨਿਸਟਰਸ ਨੂੰ ਬੱਚਿਆਂ ਦੀ ਸੁਰੱਖਿਆ ਕਰਨ ਲਈ ਕਿਹਾ ਗਿਆ ਹੈ। ਇਹ ਸਮੂਹ ਦਾਅਵਾ ਕਰਦਾ ਹੈ ਕਿ ਸੋਜੀ ਦਾ ਵਿਸ਼ਾ ਮਾਪਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਪ੍ਰਦਰਸ਼ਨ ਦੇ ਆਰਗੇਨਾਈਜ਼ਰ ਦਾ ਕਹਿਣਾ ਹੈ ਕਿ ਸੋਜੀ ਨੂੰ ਬੱਚਿਆਂ ਦੇ ਐਜੂਕੇਸ਼ਨ ਕਰਿਕੂਲਮ ਵਿੱਚੋਂ ਹਟਾਉਣਾ ਚਾਹੀਦਾ ਹੈ। ਪੂਰੀ ਸੋਜੀ ਐਜੂਕੇਸ਼ਨ ਹੀ ਬਾਹਰ ਕੱਢਣੀ ਚਾਹੀਦੀ ਆ। ਜੇ ਇਹਨਾਂ ਨੇ ਕਿਸੇ ਕਿਸਮ ਦੀ ਐਜੂਕੇਸ਼ਨ ਦੇਣੀ ਆ ਨਿਆਣਿਆਂ ਨੂੰ ਇਨਕਲੂਸਿਵਿਟੀ ਦੀ, ਉਹ ਪੇਰੈਂਟ ਦੀ ਸਲਾਹ ਦੇ ਨਾਲ ਕਰਿਕੂਲਮ ਬਣਾਉਣਾ ਚਾਹੀਦਾ, ਪੇਰੈਂਟ ਦੀ ਸਲਾਹ ਅਤੇ ਅਪਰੂਵਲ ਨਾਲ। ਇਹਦੇ ਹੋਰ ਕਈ ਸੋਲਿਊਸ਼ਨ ਆ, ਜਿਵੇਂ ਆਫਟਰ ਸਕੂਲ ਘੰਟੇ ਦੀ ਕਲਾਸ ਦੇ ਸਕਦੇ ਆ, ਜਿਹੜੇ ਨਿਆਣੇ ਚੋਣ ਉਹ ਆ ਜਾਣ, ਬਾਕੀ ਸਾਰਿਆਂ ਦੇ ਕਿਉਂ ਥੋਪਿਆ ਜਾ ਰਿਹਾ ਹੈਗਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਸੰਬੰਧੀ ਫੈਸਲੇ ਉਹਨਾਂ ਤੋਂ ਪੁੱਛ ਕੇ ਹੀ ਲੈਣੇ ਚਾਹੀਦੇ ਹਨ, ਜਿਸ ਨਾਲ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਮਿਲ ਰਹੀ ਸਿੱਖਿਆ ਬਾਰੇ ਹਰ ਵੇਲੇ ਪਤਾ ਰਹੇ। ਸ਼ੁਰੂਆਤ ਲਈ ਜਿਹੜੀਆਂ ਕਿਤਾਬਾਂ ਇੱਦਾਂ ਦੀਆਂ ਉਹ ਬੰਦ ਕੀਤੀਆਂ ਜਾਣ, ਬੱਚਿਆਂ ਨੂੰ ਇਸ ਗੱਲੋਂ ਨਾ ਪ੍ਰੇਰਿਆ ਜਾਵੇ ਤੁਸੀਂ ਆਪਦਾ ਨਾਂ ਚੇਂਜ ਕਰ ਲਓ। ਚਲੋ ਨਾਂ ਚੇਂਜ ਵਗੈਰਾ ਵੀ ਕਰਨੇ ਆ, ਇਹ ਮੁੰਡੇ ਤੋਂ ਕੁੜੀ ਬਣਨਾ, ਘਰਦਿਆਂ ਨੂੰ ਜ਼ਰੂਰ ਦੱਸੋ। ਇਹ ਸਭ ਤੋਂ ਵੱਡੀ ਗੱਲ ਆ ਕਿ ਮਾਪਿਆਂ ਤੋਂ ਲੁਕੋ ਰੱਖਿਆ ਜਾਂਦਾ ਕਿ ਮਾਪਿਆਂ ਨੇ ਤੁਹਾਡਾ ਸਾਥ ਨਹੀਂ ਦੇਣਾ, ਕਿ ਇਹ ਤੁਸੀਂ ਘਰੇ ਨਾ ਗੱਲ ਕਰਿਓ। ਇਹ ਬਹੁਤ ਵੱਡੀ ਗਲਤ ਗੱਲ ਹੈ ਕਿ ਮਾਪਿਆਂ ਨੂੰ ਇਨਵੋਲਵ ਕਰਨਾ ਚਾਹੀਦਾ। ਇਸੇ ਸੰਬੰਧੀ ਪਿਛਲੇ ਸਾਲ ਦੀ ਸਤੰਬਰ ਵਿੱਚ ਵੀ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ ਸਨ, ਪਰ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਪ੍ਰੋਟੈਸਟ ਕਰਨ ਦੇ ਬਾਵਜੂਦ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਰਸ਼ਮੀਨ ਰੁਪਾਲ, ਓਮਨੀ ਨਿਊਜ਼, ਸਰੀ।